वाहगुरु जी का खालसा वाहगुरु जी की फतेह। अज आप विचार साझा करांगे गुरु नानक साहिब अते शब्द। शब्द मनुख की जिंदगी च बहुत लंबा समा पहला जदों कदे इन्हें अपने चुगिरदे नूं वेख्या उहदा असर महसूस किया, अंदर कुछ विचार उत्पन्न होए। एक दूजे नूं समझ पाउण वास्ते मनुख ने इशारियां की भाषा वरती। इशारियां तों बाद हौली हौली इहदी जिंदगी विच धागा आया। धागे नूं कंढा दे के मनुख ने सुनेहे देने शुरू किए। शायद आपको पता होगा अज भी बहुतात गल्लां जिहड़ियां धागे नाल संबंधित ने, शगना के कपड़े उत्ते मौली बन्नी जाती है, उस विच धागा उन्हों समयां दा है कि जदों मनुख सूचित करदा सी कि यह खुशी की गल है। फिर उस धागे विच भी सुधार हुंदा चला गया। ਆਪਾਂ ਵਿਆਹ ਨੂੰ ਵੀ ਕਹਿੰਦੇ ਨੇ ਵੀ ਬੜੇ ਗੰਢ, ਉਹ ਅਸਲ ਵਿੱਚ ਗੰਢ ਦਿੱਤੀ ਜਾਂਦੀ ਸੀ। ਉਦੋਂ ਲੋਕ ਫਿਰ ਧਾਗੇ ਦੇ ਰੰਗ ਬਣ ਗਏ, ਫਿਰ ਉਹ ਸਾਰੀ ਗੱਲ ਜਿਹੜੀ ਵਿਚਾਰ ਉਹ ਕਿਵੇਂ ਚੱਲ ਪਈ। ਅੱਜ ਵੀ ਧਾਗਾ ਕਈ ਚੀਜ਼ਾਂ ਨਾਲ ਸੰਬੰਧਿਤ ਹੈ। ਸਮਾਂ ਆਇਆ ਮਨੁੱਖ ਨੇ ਸ਼ਬਦਾਂ ਦੀ ਵਿਉਂਤ ਬਣਾਈ, ਫਿਰ ਸ਼ਬਦ ਬੋਲਣ ਲੱਗ ਪਿਆ। ਸਭ ਤੋਂ ਪਹਿਲਾਂ ਰਿਗ ਵੇਦ ਵਿੱਚ ਸ਼ਬਦ ਦਾ ਜ਼ਿਕਰ ਆਉਂਦਾ ਹੈ, ਪਰ ਮੈਂ ਤੁਹਾਡੇ ਨਾਲ ਹਰ ਵਾਰੀ ਸਾਂਝ ਪਾਉਂਦਾ ਜਾਂਦਾ। ਡਾਕਟਰ ਗੁਲਜ਼ਾਰ ਸਿੰਘ ਤੰਗ ਉਹਦੀ ਇੱਕ ਲਿਖੀ ਹੋਈ ਕਿਤਾਬ ਹੈ ਸ਼ਬਦ ਦਾ ਸੰਕਲਪ। ਤੁਸੀਂ ਸਿਆਣੇ ਇਕੱਠੇ ਹੋ, ਕੋਸ਼ਿਸ਼ ਕਰਿਆ ਕਰੋ, ਜਿਹੜੀਆਂ ਇਹੋ ਜਿਹੀਆਂ ਬਹੁਤ ਗਜ਼ਬ ਦੀਆਂ ਕਿਤਾਬਾਂ ਨੇ ਜ਼ਰੂਰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾਓ। ਯਹੂਦੀ ਧਰਮ ਦੇ ਵਿੱਚ ਵੀ ਓਲਡ ਟੈਸਟਾਮੈਂਟ ਉਹਨਾਂ ਦਾ ਧਾਰਮਿਕ ਗ੍ਰੰਥ ਬਣ ਗਿਆ, ਨਿਊ ਟੈਸਟਾਮੈਂਟ ਈਸਾਈ ਧਰਮ ਦਾ ਗ੍ਰੰਥ ਬਣ ਗਿਆ। ਸਮਾਂ ਪਾ ਕੇ ਮਨੁੱਖ ਦੇ ਕੋਲ ਧਾਰਮਿਕ ਗ੍ਰੰਥ ਬਣਦੇ ਗਏ। ਮੈਂ ਗੱਲ ਸੰਖੇਪ ਕਰਾਂ, ਗੀਤਾ ਹੈ, ਰਮਾਇਣ ਹੈ, ਚਾਰ ਵੇਦ ਨੇ, ਛੇ ਸ਼ਾਸਤਰ ਨੇ, 47 ਸਿਮਰਤੀਆਂ ਨੇ, 18 ਪੁਰਾਣ ਨੇ, ਕਰੀਬ ਸਾਰੇ ਧਰਮਾਂ ਦੇ ਕੋਲ। ਬੁੱਧ ਧਰਮ ਦੇ ਕੋਲ ਧੰਮਪਦ ਗ੍ਰੰਥ ਹੈ, ਪਾਲੀ ਭਾਸ਼ਾ ਵਿੱਚ ਲਿਖਿਆ, ਤ੍ਰਿਪਿਟ ਵੀ ਉਹਨੂੰ ਕਹਿੰਦੇ ਨੇ, 3 ਪਟਾਰੀਆਂ। ਸਾਰਾ ਕੁਛ ਹੋਣ ਦੇ ਬਾਵਜੂਦ ਪਰ ਸ਼ਬਦ ਨੂੰ ਉਹ ਮਹਾਨਤਾ ਨਹੀਂ ਮਿਲ ਸਕੀ ਜਿਹੜੀ ਮਿਲਣੀ ਚਾਹੀਦੀ ਸੀ। ਇੱਕ ਛੋਟੀ ਜਿਹੀ ਉਦਾਹਰਣ ਦੇਣ ਲੱਗਾ, ਪਹਿਲੋਂ ਫਿਰ ਗੱਲ ਸ਼ੁਰੂ ਕਰਾਂ। ਪਹਿਲਾ ਸਮਾਂ ਚਿੱਠੀਆਂ ਦਾ ਹੁੰਦਾ ਸੀ, ਜਦੋਂ ਕੋਈ ਚਿੱਠੀ ਲੈ ਕੇ ਆਉਂਦਾ ਸੀ, ਪਰਦੇਸੋਂ ਮੇਰੇ ਪੁੱਤ ਦੀ ਚਿੱਠੀ ਆਈ ਹੈ, ਮਾਂ ਸੈਂਕੜੇ ਵਾਰੀ ਪੜ੍ਹਦੀ ਹੁੰਦੀ ਸੀ। ਪਰ ਮਾਂ ਨੂੰ ਪੁੱਛੀਏ ਵੀ ਜਿਹੜਾ ਚਿੱਠੀ ਲੈ ਕੇ ਗਿਆ ਉਹ ਕਿਹੋ ਜਿਹੀ ਸ਼ਕਲ ਸੂਰਤ ਵਾਲਾ ਸੀ, ਉਹ ਕਹਿੰਦੀ ਪੁੱਤ ਮੈਨੂੰ ਭੁੱਲ ਗਿਆ, ਮੈਂ ਤਾਂ ਆਪਣੇ ਪੁੱਤ ਦੀ ਚਿੱਠੀ ਵਿੱਚ ਹੀ ਗੁਆਚ ਗਈ, ਮੈਨੂੰ ਨਹੀਂ ਪਤਾ ਚਿੱਠੀ ਦੇ ਕੇ ਗੱਲ ਦੇਣ ਕੇ ਜਾਣ ਵਾਲਾ ਕਿਹੋ ਜਿਹਾ ਸੀ। ਯਕੀਨ ਕਰਕੇ ਜਾਣਿਓ, ਜਿੰਨੇ ਵੀ ਪੈਗੰਬਰ ਆਏ ਨੇ ਉਹਨਾਂ ਦਾ ਅਰਥ ਹੀ ਬਣਦਾ, ਪੈਗੰਬਰ ਦਾ ਅਰਥ ਹੁੰਦਾ ਪੈਗਾਮ ਦੇਣ ਵਾਲਾ। ਪੈਗਾਮ ਦੁਨੀਆਂ ਨੂੰ ਭੁੱਲ ਗਿਆ ਤੇ ਪੈਗੰਬਰ ਯਾਦ ਰਹਿ ਗਿਆ। ਜਿਤਨਾ ਸਨਮਾਨ ਮਨੁੱਖ ਦੇ ਸਰੀਰ ਨੂੰ ਮਿਲਿਆ, ਲੋਕਾਂ ਨੇ ਕ੍ਰਿਸ਼ਨ ਨੂੰ ਭਗਵਾਨ ਕਹਿ ਦਿੱਤਾ ਪਰ ਗੀਤਾ ਗੀਤਾ ਰਹਿ ਗਈ, ਲੋਕਾਂ ਨੇ ਰਾਮ ਚੰਦਰ ਨੂੰ ਭਗਵਾਨ ਕਹਿ ਦਿੱਤਾ ਪਰ ਰਮਾਇਣ ਰਮਾਇਣ ਰਹਿ ਗਈ, ਲੋਕਾਂ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਅੱਲਾਹ ਦਾ ਰਸੂਲ ਮੰਨ ਲਿਆ ਪਰ ਕੁਰਾਨ ਮਜੀਦ ਕੁਰਾਨ ਮਜੀਦ ਰਹਿ ਗਈ। ਗੁਰੂ ਨਾਨਕ ਸਾਹਿਬ ਨੇ ਇੱਕ ਨਵਾਂ ਪੱਖ ਸਾਹਮਣੇ ਰੱਖਿਆ। ਗੁਰੂ ਨਾਨਕ ਸਾਹਿਬ ਨੇ ਸ਼ਬਦ ਨੂੰ ਆਪਣੇ ਤੋਂ ਉੱਤੇ ਕਰਕੇ ਪ੍ਰਗਟ ਕੀਤਾ, ਦੇਹੀ ਦੀ ਗੱਲ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਨੇ ਸ਼ਬਦ ਨੂੰ ਬੜੀ ਉੱਚ
ਉੱਚੀ ਥਾਂ ਦੇ ਉੱਤੇ ਰੱਖਿਆ। ਔਰ ਜਦੋਂ ਵੀ ਕਿਤੇ ਕੋਈ ਗੱਲ ਕੀਤੀ ਤਾਂ ਸ਼ਬਦ ਰਾਹੀਂ ਕੀਤੀ ਜਾ ਰੱਖਿਆ। ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ ਅੰਦਰ ਸ਼ਬਦ ਨੂੰ ਪ੍ਰਧਾਨਤਾ ਬਖਸ਼ੀ। ਮੈਂ ਛੋਟਾ ਜਿਹਾ ਜ਼ਿਕਰ ਕਰਦੀ ਹਾਂ ਪਹਿਲੋਂ, ਫਿਰ ਅੱਗੇ ਤੁਰਾਂਗੇ। ਯਾਦ ਰੱਖਿਓ ਗੁਰਬਾਣੀ ਦੇ ਅੰਦਰ ਵੀ ਭਗਤ ਜੈਦੇਵ ਜੀ ਦੀ ਬਾਣੀ ਹੈ, ਸ਼ੇਖ ਫਰੀਦ ਦੀ ਬਾਣੀ ਹੈ। ਜੈਦੇਵ ਦਾ ਜਨਮ 1170 ਵਿੱਚ ਹੋਇਆ ਸੀ, ਸ਼ੇਖ ਫਰੀਦ ਦਾ ਜਨਮ 1173 ਵਿੱਚ ਹੋਇਆ। ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਤੋਂ ਸਦੀਆਂ ਪਹਿਲਾਂ ਉਹਨਾਂ ਦੇ ਅੰਮ੍ਰਿਤ ਬੋਧ ਅੱਜ ਵੀ ਗੁਰੂ ਗ੍ਰੰਥ ਸਾਹਿਬ ਚ ਅੰਕਿਤ ਨੇ। ਪਰ ਸ਼ੇਖ ਫਰੀਦ ਦੀ ਬਾਣੀ ਨੂੰ ਵੀ ਕੋਈ ਗੁਰੂ ਨਹੀਂ ਸੀ ਕਹਿੰਦਾ ਯਾਦ ਰੱਖਣਾ, ਹਾਲਾਂਕਿ ਗੁਰਬਾਣੀ ਦੇ ਸ਼ਬਦ ਵੀ ਆ ਗਏ ਸਨ, ਪਰ ਫਿਰ ਵੀ ਕੋਈ ਗੁਰੂ ਨਹੀਂ ਸੀ ਕਹਿੰਦਾ। ਗੁਰੂ ਨਾਨਕ ਸਾਹਿਬ ਦਾ ਵਕਤ ਆਇਆ, ਗੁਰੂ ਨਾਨਕ ਸਾਹਿਬ ਨੇ ਹਰ ਵਾਰੀ ਸ਼ਬਦ ਦੇ ਨਾਲ ਮਨੁੱਖਤਾ ਨੂੰ ਸੇਧ ਦਿੱਤੀ। ਸਭ ਤੋਂ ਪਹਿਲੀ ਸਾਧ ਉਹਨਾਂ ਦੀ ਜਿਹੜੀ ਹੈ ਉਹ ਪੰਡਿਤ ਹਰਦਿਆਲ ਦੇ ਨਾਲ ਪਈ। ਮੈਂ ਬਹੁਤ ਵਾਰੀ ਜ਼ਿਕਰ ਕਰਨਾ ਹੈ ਇਹ ਗੱਲਾਂ ਦਾ, ਵੀ ਆਪਣੇ ਬੱਚੇ ਨੂੰ ਦੇਖਿਓ 9 ਸਾਲ ਦੇ ਨੂੰ ਖੜਾ ਕੇ, ਤੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਬੱਚੇ ਨੂੰ ਲੜਾਈ ਜਾਂਦੇ ਹਾਂ। 9 ਸਾਲ ਦੀ ਉਮਰ ਹੈ, ਗੁਰੂ ਨਾਨਕ ਸਾਹਿਬ ਨੇ ਏਡੇ ਵੱਡੇ ਸਮਾਜ ਨਾਲ ਟੱਕਰ ਲੈ ਗਈ। ਕਹਿਣ ਲੱਗੇ ਮੈਂ ਜਿਵੇਂ ਉਹ ਨਹੀਂ ਪਾਉਣਾ। ਉਸ ਵੇਲੇ ਦਾ ਮੈਂਬਰ ਕਿੱਡਾ ਵੱਡਾ ਹਾਵੀ ਸੀ, ਏਡੇ ਵੱਡੇ ਸਮਾਜ ਨਾਲ ਟੱਕਰ ਲੈ ਗਈ। 9.5 ਸਾਲ ਦੇ ਬੱਚੇ ਨੇ, ਉਹਨੇ ਆਖਿਆ ਮੈਂ ਜਿਵੇਂ ਉਹ ਨਹੀਂ ਪਾਉਣਾ। ਕਹਿਣ ਲੱਗੇ ਕਿਉਂ ਨਹੀਂ ਪਾਉਣਾ, ਕਹਿੰਦੇ ਮੇਰੀ ਤਸੱਲੀ ਕਰਵਾ ਦਿਓ ਮੈਂ ਪਾ ਲੈਣਾ। ਗੁਰੂ ਨਾਨਕ ਸਾਹਿਬ ਦੇ ਕੋਲ ਕਿਹੋ ਜਿਹੇ ਗਜ਼ਬ ਦੇ ਸ਼ਬਦ ਸਨ, ਅੱਜ ਵੀ ਉਹ ਆਸਾ ਕੀ ਵਾਰ ਵਿੱਚੋਂ ਆਪਾਂ ਪੜ੍ਹਨੇ ਹੈ। ਦਇਆ ਕਪਾ ਸੰਤੋਖ ਸੂਤ ਜਤ ਕੰਢੀ ਸੱਟ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਾ। ਨਾ ਇਹ ਟੁੱਟੈ ਨਾ ਮਤ ਲੱਗੈ, ਨਾ ਇਹ ਜਲੈ ਨਾ ਜਾਏ, 250 ਮਾਨਸ ਨਾਨਕਾ ਜੋ ਗੜ ਚੱਲੇ ਪਾਇਓ। ਤਾਂ ਧੰਤਾ ਤੇ ਯੋਗ ਹੈ ਜਿਹੜਾ ਇਹੋ ਜਿਹੇ ਜਨੂ ਪਹਿਨਦਾ। ਪੰਡਿਤ ਹਰਦਿਆਲ ਕਹਿਣ ਲੱਗੇ ਮੇਰੇ ਕੋਲ ਹੈ ਤਾਂ ਹੈ ਜਨੇਊ। ਸ਼ੈਲ ਕਹਿੰਦੇ ਨਹੀਂ, ਜਿਹੜਾ ਮੈਂ ਕਿਹਾ ਇਹ ਉਹ ਨਹੀਂ ਹੈ। ਉਹ ਕਹਿਣ ਲੱਗੇ ਫਿਰ ਇਹ ਕਿਹੜਾ ਹੈ? ਸ਼ੈਲ ਕਹਿਣ ਲੱਗੇ ਇਹ ਹੈ ਚੌਕੜ ਮੁੱਲ ਅਣਾਇਆ। ਚੌਕੜ ਦਾ ਅਰਥ ਹੁੰਦਾ 4 ਕੌਡੀਆਂ। ਪੁਰਾਣੇ ਸਮੇਂ 'ਚ ਚੇਂਜ ਦੀ ਬਜਾਏ ਕੌਡੀਆਂ ਮਿਲਦੀਆਂ ਸਨ, ਅੱਜ ਕਹਿ ਲਈਏ ਵੀ 2 ਆਨੇ ਦਾ, ਕੁਝ ਪੈਸਿਆਂ ਦਾ ਇਹ ਕਹਿ ਲਈਏ। ਚੌਕੜ ਮੁੱਲ ਅਣਾਇਆ ਮੈਂ ਚੌਂਕੇ ਪਾਇਆ, ਚੌਂਕੇ 'ਤੇ ਬਿਠਾ ਕੇ 4 ਪੈਸਿਆਂ ਦਾ ਤੂੰ ਬਾਜ਼ਾਰੋਂ ਦੇਖ ਕੇ ਲਿਆ ਕੇ ਪਾ ਦਿੰਦਾ। ਚੌਂਕੜ ਮੁੱਲ ਅਣਾਇਆ ਮੈਂ ਚੌਂਕੇ ਪਾਇਆ, ਸਿੱਖਾ ਕੰਨ ਚੜ੍ਹਾਇਆ। ਤੂੰ ਕੰਨ ਵਿੱਚ ਇੱਕ ਸਿੱਖਿਆ ਦਿੰਦਾ, ਕੀ ਦਿੰਦਾ? ਸਿੱਖਾ ਕੰਨ ਚੜ੍ਹਾਇਆ ਗੁਰ ਬ੍ਰਹਮਣ ਜੀਆ। ਤੂੰ ਕੰਨ ਵਿੱਚ ਕੀ ਕਹਿੰਦਾ, ਕਿਹੜੀ ਸਿੱਖਿਆ ਦਿੰਦਾ? ਤੂੰ ਰੱਬ ਦੇ ਮਿਲਾਪ ਦੀ ਸਿੱਖਿਆ ਨਹੀਂ ਦਿੰਦਾ? ਤੂੰ ਇਹ ਜਨੇਊ ਪਾ ਕੇ ਕੰਨ ਵਿੱਚ ਕਹਿੰਦਾ ਵੀ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਹਮਣ ਹੈ? ਗੁਰ ਬ੍ਰਹਮਣ ਜੀਆ ਉਹ ਜਦੋਂ ਉਹ ਮੂਹਾ ਉਹ ਝੜ ਪਿਆ ਬੇਤਕਾ ਗਿਆ। ਕਹਿਣ ਲੱਗੇ ਇਹ ਤੇ ਤੂੰ ਖਾਲੀ ਹੱਥ ਤੋੜ ਦਿੰਦਾ ਭਲਿਆ, ਔਰ ਯਕੀਨ ਕਰਕੇ ਜਾਣੇ ਹੋ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਵਿੱਚ ਕਿੱਡੀ ਵੱਡੀ ਜਾਨ ਹੋਵੇਗੀ। ਪੰਡਿਤ ਹਰਦਿਆਲ ਨੇ ਜਿਵੇਂ ਉਹ ਰੱਖ ਦਿੱਤਾ, ਗੁਰੂ ਨਾਨਕ ਸਾਹਿਬ ਨੂੰ ਮਨਾ ਨਾ ਸਕਿਆ ਬਲਕਿ ਮੰਨ ਗਿਆ। ਮੈਨੂੰ ਪਤਾ ਲੱਗਿਆ ਸਤਿਗੁਰੂ ਇਹੋ ਜਿਹਾ ਜਿਹਨੂੰ ਮੇਰੇ ਕੋਲ ਨਹੀਂ। ਅੱਗੇ ਚੱਲੀਏ, ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਵਿੱਚ 3 ਬੰਦਿਆਂ ਨਾਲ ਵਿਦਿਆ ਦੀ ਸਾਂਝ ਪਈ ਹੈ। ਬ੍ਰਿਜ ਨਾਲ ਇਹ ਗੁਰੂ ਨਾਨਕ ਕੁਤਬ ਦੀਨ ਇਹਨਾਂ ਨੇ ਗੁਰੂ ਨਾਨਕ ਸਾਹਿਬ ਨਾਲ ਸਾਂਝ ਪਾਈ। ਮੈਂ ਨਿੱਕੀ ਗੱਲ ਕਰਦਾ, ਸਾਹਿਬ ਨੇ ਉਹਨਾਂ ਨੂੰ ਵੀ ਪੁੱਛਿਆ, ਕਹਿਣ ਲੱਗੇ ਭਲਿਆ ਤੁਸੀਂ ਵਿਦਿਆ ਪੜ੍ਹਦੇ ਹੋ, ਪੜ੍ਹਾਉਂਦੇ ਹੋ, ਲੋਕਾਂ ਨੂੰ ਦੱਸਦੇ ਹੋ, ਪਰ ਤੁਹਾਨੂੰ ਪਤਾ ਜਿਹਦੀ ਵਿਦਿਆ ਪੜ੍ਹੀ ਦੀ ਕਿਉਂ ਹੈ? ਉਹਨੇ ਬਚਕਾਨਾ ਜਿਹਾ ਸਵਾਲ ਲੱਗਿਆ ਉਹਨਾਂ ਨੂੰ, ਬੜਾ ਹੱਸ ਕੇ ਕਹਿਣ ਲੱਗੇ ਵੀ ਕਮਾਲ ਹੈ, ਤੁਸੀਂ ਪਟਵਾਰੀਆਂ ਦੇ ਪੁੱਤ, ਤੁਸੀਂ ਇਹ ਗੱਲ ਪੁੱਛੋ?
ਤੁਸੀਂ ਇਹ ਗੱਲ ਪੁੱਛੋ ਪਟਵਾਰੀ ਦਾ ਕੰਮ ਹੀ ਪੜ੍ਹਨਾ ਲਿਖਣਾ। ਸਰ ਕਹਿੰਦੇ ਨਹੀਂ ਨਹੀਂ ਸਿੱਧੇ ਸ਼ਬਦਾਂ ਵਿੱਚ ਦੱਸ, ਕਹਿੰਦੇ ਪੜ੍ਹਾਈ ਤਾਂ ਕਰੀਦੀ ਹੈ ਵੀ ਬੰਦੇ ਨੂੰ ਲੇਖਾ ਜੋਖਾ ਕਰਨਾ ਆ ਜਾਵੇ, ਕੀ ਗਵਾ ਰਿਹਾ ਕੀ ਗਵਾ ਰਿਹਾ। ਪਟਵਾਰੀ ਦਾ ਕੰਮ ਤੇ ਨਿੱਕੀ ਨਿੱਕੀ ਗੱਲ ਜ਼ਮੀਨ ਦੇ ਨਿੱਕੇ ਨਿੱਕੇ ਟੁਕੜੇ ਦਾ ਹਿਸਾਬ ਕਿਤਾਬ ਰੱਖਣਾ। ਸ਼ਬ ਕਹਿੰਦੇ ਫਿਰ ਤਾਂ ਪੜ੍ਹਾਈ ਬਹੁਤ ਚੰਗੀ ਹੈ, ਪਰ ਮੈਨੂੰ ਤੁਸੀਂ ਦੱਸੋ ਵੀ ਤੁਸੀਂ ਕਦੇ ਹਿਸਾਬ ਕਿਤਾਬ ਲਾਇਆ। ਉਹ ਫਿਰ ਹੱਸ ਪਏ, ਕਹਿਣ ਲੱਗੇ ਜੀ ਕਿਹੜਾ ਪਟਵਾਰੀ ਹੈ, ਅਸੀਂ ਕਹਿੰਦਾ ਹਿਸਾਬ ਕਿਤਾਬ ਲਾਉਣਾ, ਅਸੀਂ ਤਾਂ ਪੜ੍ਹਨਾ ਤੇ ਪੜ੍ਹਾਉਣਾ। ਸ਼ਬ ਕਹਿੰਦੇ ਹਰ ਬੰਦੇ ਨੂੰ ਹਿਸਾਬ ਲਾਉਣਾ ਚਾਹੀਦਾ ਵੀ ਦੁਨੀਆਂ ਜਾ ਕੇ ਕੀ ਖੱਟੇ ਅਤੇ ਕੀ ਗਵਾਏ। ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖੋ ਕਿੰਨੀ ਉਮਰ ਲੰਘੀ, ਕੀ ਗਵਾਇਆ ਤੇ ਕੀ ਪਾਇਆ। ਕਦੇ ਹਿਸਾਬ ਕਿਤਾਬ ਕੀਤਾ, ਠੱਬਰ ਗਏ ਵੀ ਆਉਂਦਾ ਅਸੀਂ ਕਦੇ ਵੀ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਨੇ ਫਿਰ ਪਾਵਨ ਬਚਨ ਬਖਸ਼ਿਸ਼ ਕੀਤੇ, ਗੁਰ ਪ੍ਰਸ਼ਾਦੀ ਵਿਦਿਆ ਵਿਚਰ ਹੈ, ਪੜ੍ਹ ਪੜ੍ਹ ਪਾਵੇ ਮਾਨ, ਆਪੇ ਮੱਧੇ ਆਪ ਪ੍ਰਗਾਸਿਆ, ਪਾਇਆ ਅੰਮ੍ਰਿਤ ਨਾਮ। ਕਹਿੰਦੇ ਤੁਸੀਂ ਤਾਂ ਵਿਦਿਆ ਪੜ੍ਹਾਉਂਦੇ ਹੋਏ ਵੀ ਬੰਦਗੀ ਕਰ ਸਕਦੇ ਹੋ, ਇਮਾਨਦਾਰੀ ਨਾਲ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਕਹਿੰਦੇ ਵਿਦਿਆ ਵਿਚਾਰੀ ਜਦ ਤੱਕ ਤਾਂ ਲਾਭ ਹੈ ਕਿ ਪਰਉਪਕਾਰ ਕਰ ਸਕੋ, ਕਿਸੇ ਦਾ ਭਲਾ ਕਰ ਸਕੋ। ਜਦੋਂ ਤੁਸੀਂ ਕਿਸੇ ਦਾ ਭਲਾ ਹੀ ਨਹੀਂ ਕਰਦੇ, ਪੜ੍ਹਾਈ ਦਾ ਹੰਕਾਰ ਹੋ ਗਿਆ, ਇਹ ਮਾਲਕ ਦੇ ਘਰ ਕਿਵੇਂ ਕਬੂਲ ਹੋਊਗੀ। ਅੱਗੇ ਚੱਲੀਏ, ਮੈਂ ਸਿਰਫ ਝਟਕੇ ਸ਼ੈਲੀਆਂ ਕਰਨੀਆਂ। ਤਲਵੰਡੀ ਦੀ ਧਰਤੀ ਤੇ 32 ਸਾਲ ਗੁਰੂ ਨਾਨਕ ਸਾਹਿਬ ਨੇ ਗੁਜ਼ਾਰੇ, ਹਰ ਰੋਜ਼ ਸ਼ਬਦ ਨਾਲ ਸਾਂਝਿਆ। ਸੁਲਤਾਨਪੁਰ ਲੋਧੀ ਆ ਕੇ, ਸੁਲਤਾਨਪੁਰ ਲੋਧੀ ਆ ਕੇ ਰੌਲਾ ਪੈ ਗਿਆ। ਉਹ ਇੱਕ ਵੱਖਰਾ ਪੱਖ ਹੈ, ਸਤਿਗੁਰੂ ਨਮਾਜ਼ ਦਾ ਕਰਨ ਗਏ। ਹੁਣ ਲੋਕਾਂ ਨੂੰ ਸਮਝਾਇਆ ਵੀ ਦੇਖੋ ਕਿਵੇਂ ਖਲਵਾੜ ਹੁੰਦਾ ਧਰਮ ਦੀ ਦੁਨੀਆਂ 'ਚ। ਉਹ ਜਦੋਂ ਨਮਾਜ਼ ਅਦਾ ਕਰਨ ਗਏ ਤੇ ਗੁਰੂ ਨਾਨਕ ਸਾਹਿਬ ਜੀ ਅਡੋਲ ਖਲੋਤੇ ਨੇ। ਤੁਸੀਂ ਦੇਖਿਆ ਹੋਏਗਾ ਨਮਾਜ਼ ਅਦਾ ਕਰਦੇ ਆ, ਉਹ ਕਈ ਵਾਰੀ ਸਿੱਖਦਾ ਕਰਦੇ ਨੇ, ਕਈ ਵਾਰੀ ਉੱਠਦੇ ਨੇ ਖਲੋਤੇ ਨੇ। ਗੁਰੂ ਨਾਨਕ ਸਾਹਿਬ ਅਡੋਲ ਖਲੋਤੇ ਨੇ, ਨਮਾਜ਼ ਖਤਮ ਹੋਈ ਤੇ ਉਹਨਾਂ ਆਖਿਆ ਵੀ ਤੁਸੀਂ ਤਾਂ ਬੜੀ ਵੱਡੀ ਤੁਹੀਨ ਕੀਤੀ ਹੈ ਸਾਡੀ। ਮਸਜਿਦ ਵਿੱਚ ਖਲੋ ਕੇ ਕਾਜ਼ੀ ਦੇ ਸਾਹਮਣੇ, ਨਵਾਬ ਦੌਲਤ ਖਾਂ ਦੇ ਸਾਹਮਣੇ ਖਲੋ ਕੇ ਤੇ ਤੁਸੀਂ ਨਮਾਜ਼ ਨਹੀਂ ਪੜ੍ਹੀ। ਸਾਹਿਬ ਕਹਿੰਦੇ ਝੂਠ ਨਾ ਬੋਲੋ, ਤੁਸੀਂ ਪੜ੍ਹੀ ਹੈ। ਕਹਿਣ ਲੱਗੇ ਬਿਲਕੁਲ ਪੜ੍ਹੀ ਹੈ। ਹਜ਼ੂਰ ਨੇ ਉਹਨਾਂ ਦੀ ਫੇਸ ਰੀਡਿੰਗ ਲੈ ਕੇ ਚਿਹਰੇ 'ਚੋਂ ਪਤਾ ਲੱਗ ਜਾਂਦਾ। ਮਾਲਕ ਨੇ ਬੰਚਨ ਆਖੇ, ਕਹਿਣ ਲੱਗੇ ਨਵਾਬ ਦੌਲਤ ਖਾਂ ਸੱਤ ਦਸ ਤੋਂ ਕਿੱਥੇ ਸੀ ਜਦੋਂ ਨਮਾਜ਼ ਪੜ੍ਹਦੇ। ਹੱਥ ਜੋੜੇ ਮੰਨ ਗਿਆ, ਕਹਿਣ ਲੱਗੇ ਸਤਿਗੁਰੂ ਮੈਂ ਤਾਂ ਘੋੜੇ ਵੇਚ ਕਰਦੇ ਜੀ ਕਾਬਲ ਦੇ। ਕਾਜੀ ਹੁਣ ਮੇਰੇ ਵਰਗਾ ਜਿਹੜਾ ਬਹੁਤੀ ਵਿਦਵਾਨ ਹੁੰਦਾ ਹੈ, ਉਹ ਤਾਂ ਫਿਰ ਬਹੁਤੀ ਜ਼ਿਆਦਾ ਦਿਖਾਉਂਦੇ ਨਾ। ਉਹਨੇ ਅੱਗੇ ਹੋ ਕੇ ਕਿਹਾ ਵੀ ਜੇ ਇਹਨੇ ਨਹੀਂ ਪੜ੍ਹੀ ਤੇ ਮੈਂ ਤਾਂ ਧਰਮੀ ਬੰਦਾ, ਮੈਂ ਕਾਜੀ ਕਮਾਲ ਹੈ। ਸਾਹਿਬ ਕਹਿੰਦੇ ਮੈਂ ਪਹਿਲਾਂ ਤੇਰੇ ਤੋਂ ਗੱਲ ਤਾਂ ਹੀ ਸੀ ਸ਼ੁਰੂ ਕੀਤੀ ਵੀ ਤੂੰ ਢੱਕਿਆ ਰਵੇ ਤੇ ਤੂੰ ਤਾਂ ਖੁਦ ਇਹ ਤਕਾਬਲ ਵਿੱਚ ਘੋੜੇ ਵੇਚਦਾ ਸੀ, ਤੂੰ ਘਰ ਹੀ ਭਟਕਦਾ ਰਿਹਾ, ਸੱਤ ਦਸ ਤੂੰ ਕਿੱਥੇ ਸੀ। ਕਹਿਣ ਲੱਗਿਆ ਮੈਂ ਵੀ ਘਰੇ ਆਪਣੇ ਘੋੜੀਆਂ ਨੂੰ ਵੀ ਭਟਕਦਾ ਫਿਰਦਾ ਸੀ। ਸਤਿਗੁਰੂ ਕਹਿਣ ਲੱਗੇ ਵੀ ਭਲਿਆ, ਇਹ ਕੁਰਾਨ ਮਜੀਦ ਦੇ ਜਿਹੜੇ ਸ਼ਬਦ ਨੇ ਨਾ, ਇਹ ਤੈਨੂੰ ਰੱਬ ਨਾਲ ਜੋੜ ਸਕਦੇ ਨੇ, ਪਰ ਜੇ ਤੂੰ ਸ਼ਬਦ ਵਰਗਾ ਜੀਵਨ ਬਣਾ ਲਏ। ਉਸ ਦਿਨ ਉਹਨਾਂ ਨੂੰ ਪਤਾ ਲੱਗਿਆ ਵੀ ਸ਼ਬਦ ਦੀ ਕਿੱਡੀ ਵੱਡੀ ਕਮਾਈ ਹੈ। ਗੁਰੂ ਨਾਨਕ ਸਾਹਿਬ ਜੀ ਚੱਲੇ ਨੇ ਉਦਾਸੀਆਂ ਦੇ ਉੱਤੇ ਤੇ ਸਭ ਤੋਂ ਪਹਿਲਾਂ ਇੱਕ ਕੋੜੀ ਦੇ ਘਰ ਗਏ। ਦੇਪਾਲਪੁਰ ਦਾ ਕੋੜੀ ਹੈ ਤੇ ਉਦੋਂ ਅੱਜ ਤਾਂ ਇਹ ਇਲਾਜ ਆ ਗਿਆ ਸਰੂਪ ਦਾ, ਪਹਿਲੇ ਸਮਿਆਂ 'ਚ ਸਰੂਪ ਦਾ ਇਲਾਜ ਨਹੀਂ ਸੀ ਹੁੰਦਾ। ਯਕੀਨ ਕਰਕੇ ਜਾਣੇ ਹੋ, ਜਿਹੜਾ ਵੀ ਉਹਨੂੰ ਟੱਚ ਕਰਦਾ ਸੀ ਉਹਨੂੰ ਇਹ ਰੋਗ ਲੱਗ ਜਾਂਦਾ ਸੀ ਤੇ ਇਸ ਲਈ ਉਹਨੂੰ ਜਿਹੜਾ ਜਿਹਨੂੰ ਰੋਗ ਹੋ ਜਾਂਦਾ ਸੀ ਉਹਨੂੰ ਸਾਰੇ ਪਰਿਵਾਰ ਵਾਲੇ, ਪਰ ਉਹਨਾਂ ਨੇ ਕਈ ਕੁਝ ਦਿਖਾਇਆ ਸਾਨੂੰ ਪੁਰਾਣੀਆਂ ਝਲਕਾਂ ਵਿੱਚ, ਉਹਨੂੰ ਲੋਕ ਬਾਹਰ ਕਿਸੇ ਜਗ੍ਹਾ 'ਤੇ ਝੁੱਗੀ ਪਾ ਕੇ ਛੱਡ ਆਉਂਦੇ, ਸਿੱਧੇ ਨੇੜੇ ਨਹੀਂ ਸੀ ਕੋਈ ਵੀ ਗੱਲ ਹੈ। ਉਹਨੂੰ ਕੋੜੀ ਦਾ ਘਰ ਹੋਵੇ, ਉਹਨੂੰ ਤਾਂ ਜੰਮਾ ਸਮਾਂ ਹੋ ਗਿਆ ਮਨੁੱਖਾ ਜਾਮੇ ਵਿੱਚ ਕਿਸੇ ਨੂੰ ਦੇਖਿਆ। ਜਦੋਂ ਕੋੜੀ ਦਾ ਗੁਰਾ ਖੁੱਲ ਕੇ ਗੁਰੂ ਨਾਨਕ ਸਾਹਿਬ ਜੀ ਅੰਦਰ ਗਏ ਤੇ ਕੋੜੀ ਨੂੰ ਵੀ ਭੁੱਲ ਗਿਆ। ਇੱਕ ਛੋਟੀ ਜਿਹੀ ਉਦਾਹਰਣ ਦੇ ਰਹੇ ਤਵੱਜੋ ਦੇ ਕੇ ਸਮਝੋ ਇਸ ਗੱਲ ਨੂੰ।
मैं भी गृहस्थी है, मैं हर बारी बेनती करना है किसी भी गृहस्थी हो घर कई बार कई होई होगी विचार भी किसी का पोता किसी की पोती किसी का दोतर किसी की दोतरी कहती होगी भी दादा दादी को नाना नानी ने भी तू घोड़ा बन गया उसे बैठना है बंदा किड्डा ही पढ़िया हो गए किड्डा ही विद्वान हो गए किड्डी अफसर हो गए किड्डा ही उसका बिजनेस हो गए अपने बच्चे अगे घोड़ा बन जाता है लै के उत्ते बैठ ये उदाहरण मैं क्यों दिती प्रेम दे विच इक बहुत वड्डी खूबी है प्रेम इन्ना नेड़े कर दिंदा पापा भुला दिंदा प्रेम दे विच इन्नी मां नूं देखिया होवेगा मां नूं ते बोलना हुंदा है ना बच्चे नूं नहीं बोलना हुंदा पर मां बच्चे नाल बच्चे वाली बोली बोलेगी तोती खानी है मां नूं ते रोटी कहना हुंदा मां तोती क्यों कहे क्योंकि वो प्यार विच भुल गई मैं हुण बेनती करन लगा एक पासे कोड़ी है दूजे पासे गुरु नानक साहब है भुल गए नवे प्यार विच कोड़ी ने गलवकड़ी पा ली कोड़ी नूं चेता ही नहीं रहा भी मैनूं इहो जिहा रोग लगे आ मैं किसे नूं कट भी नहीं करना कोड़ी ने गलवकड़ी पा ली गुरु नानक साहब ने मेरा विचारिया भई ये कोड़ी इहनूं हथ नहीं लाउणा गुरु नानक साहब ने भी घुट के गलवकड़ी पा ली कोड़ी रज के रोया कौन है जिहड़ा कोड़ियां नूं भी गले लाउण वाला ਜਿਹੜਾ ਕੋੜੀਆਂ ਨੂੰ ਵੀ ਗਲੇ ਲਾ ਸਕਦਾ ਕੌਣ ਹੈ ਕੋਲ ਖਲੋਤੇ ਭਾਈ ਮਰਦਾਨੇ ਦੀਆਂ ਅੱਖਾਂ ਭਰੀਆਂ ਹੁੰਦੀਆਂ ਨੇ ਭਾਈ ਮਰਦਾਨਾ ਕਹਿਣ ਲੱਗਿਆ ਧੰਨ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਹੁਣ ਕੋੜੀ ਪੁੱਛਦਾ ਸਤਿਗੁਰੂ ਤੂੰ ਕੋੜੀ ਨੂੰ ਵੀ ਗਲੇ ਕਿਵੇਂ ਲਾ ਲਿਆ ਸਾਹਿਬ ਕਹਿੰਦੇ ਭਲਿਆ ਕੋੜੀ ਉਹ ਨਹੀਂ ਜਿਹਨੂੰ ਸਰੀਰਕ ਰੋਗ ਹੈ ਕੋੜੀ ਤਾਂ ਉਹ ਹੈ ਜਿਹਨੂੰ ਸ਼ਬਦ ਭੁੱਲ ਗਿਆ ਹੁਣ ਧਿਆਨ ਨਾਲ ਸੁਣਿਓ ਜੀ ਕੋੜੀ ਉਹ ਨਹੀਂ ਜਿਹਨੂੰ ਸਰੀਰਕ ਕਸ਼ਟ ਹੈ ਕੋੜੀ ਤਾਂ ਉਹ ਹੈ ਜਿਹਨੂੰ ਗੁਰੂ ਸ਼ਬਦ ਭੁੱਲ ਗਿਆ ਸ਼ਬਦ ਤੁਹਾਨੂੰ ਯਾਦ ਹੋਏਗਾ ਕੋੜੀ ਦੀ ਝੁੱਗੀ ਵਿੱਚ ਬੈਠ ਕੇ ਇਹ ਸ਼ਬਦ ਗਾ ਰਿਹਾ ਸੀ ਸਤਿਗੁਰੂ ਦਾਦੇ ਨੇ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਤ ਬਾਣੀ ਵਿਸਰ ਜਾਏ ਹੁਣ ਮੈਨੂੰ ਕਈ ਦਿਨ ਹੋ ਗਏ ਨੇ ਤੁਹਾਡੇ ਵਿੱਚ ਵਿਚਰਦੇ ਆ ਇੱਕ ਗੱਲ ਮੈਂ ਤਿੱਖੀ ਜਿਹੀ ਕਹਿ ਹੀ ਜਾਂਦਾ ਹੁਣ ਤਾਂ ਮੈਨੂੰ ਲੱਗਦਾ ਕਿ ਤੁਸੀਂ ਬੁਰਾ ਨਹੀਂ ਮਨਾਓ ਅੱਜ ਹਰੇਕ ਬੰਦਾ ਫੋਨ ਤੇ ਕਲਪਿਆ ਪਿਆ ਉਹਨੇ ਮੇਰੇ ਬਾਰੇ ਚਾਰ ਕਮੈਂਟ ਕਰ ਦਿੱਤਾ ਦੂਜਾ ਉਦੋਂ ਤੱਤਾ ਤੀਜਾ ਉਦੋਂ ਤੱਤਾ ਤੇ ਫੇਸਬੁੱਕ ਦੇ ਤੱਤੇ ਹੋਏ ਘਰ ਜਾ ਕੇ ਕਲੇਸ਼ ਪਾ ਲਏ ਕਿੱਡਾ ਖੁਸ਼ਾ ਜੀਵਨ ਹੋ ਗਿਆ ਮਨੁੱਖ ਦਾ ਚੰਦ ਸ਼ਬਦ ਨੂੰ ਭੜਕਾ ਕੇ ਰੱਖ ਦਿੰਦਾ ਇਹ ਕੋਈ ਲੋਕ ਨੇ ਕੋਈ ਕੋੜੀ ਲੋਕ ਨੇ ਜਿਹਨਾਂ ਦੇ ਅੰਦਰ ਗੁਰੂ ਸ਼ਬਦ ਨਹੀਂ ਟਿਕਿਆ ਜਿਹਨਾਂ ਦੇ ਅੰਦਰ ਗੁਰੂ ਸ਼ਬਦ ਟਿਕ ਜਾਏ ਨਾ ਤੇ ਉਹਨੂੰ ਤੇ ਲੋਕ ਕਹਿੰਦੇ ਨੇ ਵੀ ਇਹ ਅਮਰੂ ਨਿਖਾਵਾ ਹੈ ਪਰ ਗੁਰੂ ਅਮਰਦਾਸ ਕਿਸੇ ਨੂੰ ਕੁਛ ਨਹੀਂ ਕਹਿੰਦੇ ਜਿਹਦੇ ਅੰਦਰ ਗੁਰੂ ਸ਼ਬਦ ਟਿਕ ਗਿਆ ਨਾ ਉਹਨੂੰ ਤੇ ਲੋਕ ਕਹਿੰਦੇ ਨੇ ਕੋਈ ਆਖੇ ਭੂਤ ਨਾ ਕੋ ਕਹੇ ਬੇਦਾਦਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਕਮੈਂਟ ਕੀਤਾ ਸੀ ਮੈਨੂੰ ਕੀ ਬੋਲਦੇ ਸਪਸ਼ਟ ਹੈ ਵੀ ਅਸੀਂ ਅੰਦਰੋਂ ਤੱਕ ਖਾਲੀ ਪਏ ਭੁੱਜੇ ਪਏ ਤਪੇ ਪਏ ਉਹ ਛੱਡੋ ਇਸ ਕਲੇਸ਼ ਨੂੰ ਇਹਦੇ ਨਾਲੋਂ ਜਪਜੀ ਸਾਹਿਬ ਦਾ ਪਾਠ ਕਰਦੇ ਸੱਜਣਾ ਜਿੱਦਾਂ ਤੂੰ ਜਪਜੀ ਸਾਹਿਬ ਦਾ ਦਰ ਪਕੜ ਲਿਆ ਨਾ ਤੂੰ ਸਤਿਆਰਾ ਵੀ ਹੋ ਜਾਣਾ ਹੈ ਤੂੰ ਨਿਰੰਕਾਰ ਦਾ ਪਿਆਰਾ ਵੀ ਹੋ ਜਾਣਾ ਬਸ ਜਪਜੀ ਸਾਹਿਬ ਪਕੜ ਮੈਂ ਵਾਪਸ ਚੱਲਣਾ ਹੈ ਗੁਰੂ ਨਾਨਕ ਸਾਹਿਬ ਨੇ ਬਚਨ ਆਖੇ ਕਹਿਣ ਲੱਗੇ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਟੀ ਮਿਲ ਲਾਏ ਬਹੁਤਾ ਬੋਲਣ ਚੱਖਣ ਹੋਏ ਬਿਣ ਬੋਲੇ ਜਾਣੇ ਸਭ ਸੋਏ ਜਿਦ ਕੰਨ ਕੀਤੇ ਅੱਖੀ ਨਾਪ ਜਿਦ ਜੇਬਾ ਦਿੱਤੀ ਬੋਲੇ ਟਾਕ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਕੜ ਆਖੇ ਸਮਝਾਏ ਸਾਹਿਬ ਕਹਿੰਦੇ ਉਸ ਰੱਬ ਨੂੰ ਦਮੇ ਦੇ ਜਾਂ ਇਹ ਦੋ ਅੱਗੇ ਚੱਲੀ ਗੁਰੂ ਨਾਨਕ ਸਾਹਿਬ ਜੀ ਦੁਨੀ ਜਾਂਦੇ ਵਿਹੜੇ ਖਲੋ ਗਏ ਇਹ ਪਹਿਲੀ ਉਦਾਸੀ ਦੇ ਜ਼ਿਕਰ ਹੈ
एक पल मैं इतने भी रुकना पड़ा। तुम सारी दुनिया चित निजम देखा होगा कि जो आप कोई बाणी पढ़ते हैं या कीर्तन करते हैं तो वह लगातार होता है, पर एक कला दरबार साहब है जिसे आसा की बार बिच रोक के 24 छक्के ने 24 पौड़ियां ने 12 पढ़ के बिच रोक दिया जाता है। फिर गुरु ग्रंथ साहब का प्रकाश होता है, फिर दोबारे आशा की बार शुरू होती है। भला कोई पूछे भाई प्रकाश या तो पहला कर लो जिम्मे बाकी सारे संसार के गुरुद्वार होंगे, या फिर आशा की वार पूरी संपूर्ण करके बाद में कर लो प्रकाश, बिच रोक के क्यों? वह कारण सिर्फ एक ही है, एक कली आशा की वार है जिहड़ी दो थावां ते उचारी है। इहदा कुछ हिस्सा दुनी चंद के वेड़े में बैठ के सतगुरु ने उचारिया सी, इहदा कुछ हिस्सा शेख फरीद के बूहे को बैठ के उचारिया सी। इसे भी आसा की बार बिच विचाले रोक के प्रकाश होंदा है। उस तो पहला गुरु जेड़ा को दुनी का प्रभाव लाउंदा है, कीर्तन होंदा है, दुनी का प्रभाव उतर जाता है। जो दुनी का प्रभाव उतर जाता है उदो फिर गुरु का प्रकाश होंदा है, जो गुरु का प्रकाश होंदा है उदो छक्का याद रखने के किड़ा पढ़िया जाता है। जिन्हें मस्तक धुर हर विखिया तिना सतगुर मिलिया राम रहा, अग्ञान अंधेरा कटिया गुर ज्ञान घट बलिया, हर लद्दा रतन पदार्थ हो फिर बौर न चलिया, जन नानक नाम आराध्या आराध हर मिलिया। मैं हूं तेन दुनी का प्रभाव खत्म हो गया, हूं मैं तेन दीन का लड़ पकड़ा चाहना। एक गल हो चेते रखियो, दरबार साहब के अंदर कदे भी मूह न बजाने वाला साज नहीं बजाया जाता है। मूह न जिमें अलगोजे ने बंसरी है कोई साज जो मूह न बजे वह दरबार साहब के अंदर नहीं बजाया जाता। क्यों? क्योंकि जो मूह न साज बजाएगा वह शब्द नहीं गा सकेगा। तुझे देखा होगा जब वासा की वार लाई जाती है उदो जोड़ी वाला पौड़ी स्पैशल बोलता है। क्यों बोलता है? क्योंकि जो तबला बजा रहा होता उदो नाल गाउंदा नहीं, फिर सारा म्यूजिक रोक के ते उन्हूं पौड़ी बोली जाती भी कि तुसी शब्द तो टुटे हुए ना रह जाए। याद रखियो एक कला दरबार साहब है, बाकी सब दे विच तबले वाला इधरले पासे खब्बे हथ बैठता है, एक कला दरबार साहब है जिथे तबले वाला सज्जे हथ बैठता है। चलदियां गल्लां चेते आ गईआं, क्यों? क्योंकि पुराने समय के तबले के उत्ते अज वर्गी काली स्याही नहीं सी हुंदी, आटा लाया जाता सी। जदों आसा दी वार नाल खुले बोल बजाए जाते सन तबले के उदों बहुत बारी आटा उड़ के गुरु ग्रंथ साहब के उत्ते पै ना जाए, इस लई तबले वाला गुरु ग्रंथ साहब तों थोड़ा जिहा हटवा बिठाया जाता है। इधरले पासे वह सैड बाजे वाला सिंह बैठता है। गुरु घर विच गल महानता शब्द दी है। सतगुरु ने कृपा की दुनी चंद ने भी शब्द न समझाया। अगे चलिए, सतगुरु जी जगन्नाथपुरी के चले गए। जगन्नाथपुरी चो कि उत्थे आरतियां करते हैं, किन्ने ही मंदिर ने उत्थे। गुरु नानक साहब की किड्डी वड्डी वडियाई, सतगुरु ने उन्होंने दसिया भी भलिया आरती नहीं होंगी जो तुम कर्म कांड करते हो, हालांकि सिख भी करी जाते। गुरु साहब ने कृपा की, कह लगे शब्द उचारिया, गगन मैं थाल रब चंद दीपक बने तारका मंडल चंद मोती। आरती का हो रही है, तुसी आरती च शामिल होके देखो। जदों के शब्द रविंद्र नाथ टैगोर ने पढ़े सी, याद रखियो जी उन्हें इंडिया का जन गण मन शको जो राष्ट्रीय गीत है लिखिया सी। जदों उन्हें पूछिया सी भई तुसी राष्ट्रीय गीत लिखिया एक देश वास्ते, जे कि सारी दुनिया
एक देश बन जाए या एक सारे संसार वास्ते गीत लिखना हो राष्ट्रीय गीत की लिखोगे। उन्हें आख्या मैं लिखने की लड़ नहीं लिखा पाया कहते वह कि कहते गुरु नानक साहब जी का गगन मैं थान रब चंद दीपक बने कद सारी दुनिया एक हो गई या मनुखता लई एक साझा गीत गाया जाएगा गगन मैं थान रब चंद दीपक बने कार का मंडल जनक मोदी में वापस फिर अपनी गल बना चाहता। जगन्नाथ पुरी के बिच ही एक बाहर कर्मकांडी बैठा है, संगत बड़ी दूर तक बैठी है क्योंकि दुनिया च दो चीजा ने एक भरम ते एक धर्म। धर्म तो लोग उन्ने प्रभावित नहीं होते जिन्ने भरम तो होते, ताही तो देह ढालिया के डेरिया च कि रौनक होंगी है। भी मैं एक विशेष धनवाद करता है प्रबंध कर मैं गुलामी की गल नहीं करता। गुरु नानक साहब का गुरपुरब भी सिख संगत बहुत उगा मनाती क्योंकि वह बेदी सन से बेदियां ने गल चुक रही। गुरु अंगद साहब का भी मनाया जाता है क्योंकि त्रेण सन त्रेणा गल चुक रही। गुरु अमरदास जी भले सन उन्हों की गल भलिया चुक ली। गुरु रामदास जी सोटी सन उन्हों की गल सोटियां चुक ली। गुरु ग्रंथ साहब ना तो बेदी है ना त्रेण है ना ये भला है ना ये सोटी है। इहदा प्रकाश दिवस इहदा गुरगद्दी दिवस तो सिख मनाएगा कि उस सुभागे ने जिहड़े गुरु ग्रंथ साहब का गुरपुरब मनाते। मैं इस गल की बधाई दें अपनी गल वाल वापस आ सतगुरु कृपा की उदो बचन समझाए कह लगे भलिया बाहर एक कर्म कांडी बैठा है वो लोगों को कह रहा भी मैं शिवपुरी भी चला जाना मैं ब्रह्मापुरी भी चला जाना मैं गिंदरपुरी भी चला जाना दसो तुम्हें की पूछना है। लोग तरह तरह दल्ला पूछी जाते हैं वो बना बोल के अपने को दसी जाता। गुरु नानक साहब जी भी संगत में आगे बैठ गए तो भाई मरदाना जी भी बैठ गए। सतगुरु ने भाई मरदाने कहा भाई मरदाने वर्ग प्रचार होना बहुत औखा है। सतगुरु ने भाई मरदाने कहा भी भाई मरदाने जेड़ा ये सामने बाटा पिया ना वो तू चुक के ये पिछे रख दे। भाई मरदाना जी कह लगे भी सतगुरु संगत बहुत है ये जे कोई राज खुल गया तो बहुत बुरी करेंगे। सतगुरु कह लगे फिक्र न कर सजना। भाई गुरदास जी का बोल है ना सिंह फुके मिर्गावली भन्नी जाए ना धीम करो। मिर्गा की डार शेर की गर्ज अगे किठे करो सकती है ये झूठ ने इन्होंने भाजी का फिक्र न कर। भाई मरदाने ने बाटा चुकया तो उस पखंडी के पिछे रख दिया तो बाटे अगे सिक्के होंगे सन नोट का जेड़े वो 250 साल ही होया आया पहले सिक्के ही सन उन सिक्के डिगते ने तो बाटा खड़कता है। वो जदों बाटे की कणकार एको बारी बंद होगी लोगों के ने शक की क्योंकि गुरु नानक साहब ने भी जोड़ा पाया उन्हें सोचा बाबे के नाल नहीं होंगे। तो जदों उन्होंने बाटे की आवाज बंद होगी तो उन्हें थोड़ी जी अख खोल के वेखिया भी बाटा तो अगे है नहीं। वो कह लगे भी संतान ने किने मश्करी की है मेरा बाटा कितने गया। गुरु नानक साहब कह लगे मैनू पता किन्हें चुके है खड़े होके कह लगे मैनू पता किन्हें चुके है पर बाबा जी मैं भी बड़ी दूरों आया थोड़ी आस रख के तो एक मेरी बेनती है कहते दसो कहते ब्रह्मापुरी भी चले जाते हो कहते हाँ शिवपुरी भी चले जाते हो कहते बिल्कुल कहते इंद्रपुरी भी कहते उठे मेरा अक्सर आना जाना है शायद कहते भी तेन तीन पुरियां का पता है तो बाटा तुम सू पुछते हो जो तुम तीन पुरियां का पता है तुम बाटा अपना आपे कट लो। हूँ बड़ी दलील की गल सी लोग जोड़े सन बैठे वह भी बड़े प्रभावित हुए भी बाबा जी तुम तो सू किडिया गल सुना हो तो अपना थोड़ा ही बाटा गुआच गया तुम अपना ही बाटा कट लो। वो जदों ना कट सकिया
ਸਾਹਿਬ ਕਹਿੰਦੇ ਵੀ ਹੱਥ ਜੋੜ ਕੇ ਇਹਨਾਂ ਲੋਕਾਂ ਨੂੰ ਕਹਿ ਵੀ ਮੈਂ ਪਖੰਡੀ ਹਾਂ ਅਤੇ ਮੈਂ ਪਖੰਡ ਕਰ ਲਿਆ ਸੀ। ਉਹਨੇ ਹੱਥ ਜੋੜ ਕੇ ਕਿਹਾ ਵੀ ਮੈਂ ਪਖੰਡੀ ਹਾਂ ਅਤੇ ਮੈਂ ਪਖੰਡ ਕਰ ਲਿਆ ਸੀ। ਉਹ ਸੰਗਤ ਦਾ ਸਵਾਲ ਸੀ ਵੀ ਸੱਚ ਕੀ ਹੈ ਬਾਬਾ, ਫਿਰ ਜੇ ਏਡੇ ਏਡੇ ਬੰਦੇ ਪਖੰਡ ਕਰਦੇ ਨੇ ਫਿਰ ਸੱਚ ਕੀ ਹੈ। ਸਾਹਿਬ ਨੇ ਫਿਰ ਕਿਰਪਾ ਕੀਤੀ, ਉੱਥੇ ਸ਼ਬਦ ਗਾ ਲਿਆ ਸੀ। ਦੇਖੋ ਸ਼ਬਦ ਦੀ ਕਿੰਨੀ ਵੱਡੀ ਵਡਿਆਈ ਹੈ ਜਿਹਨੂੰ ਸਿੱਖ ਛੱਡੀ ਬੈਠਾ। ਗੁਰੂ ਨਾਨਕ ਸਾਹਿਬ ਨੇ ਸ਼ਬਦ ਗਾ ਲਿਆ ਕਾਲ ਨਾਹੀਂ, ਇਹ ਸਮਾਂ ਨਹੀਂ ਇਸ ਗੱਲ ਦਾ। ਜੋਗ ਨਾਹੀਂ ਇਵੇਂ ਰੱਬੀ ਮਿਲਾਪ ਨਹੀਂ ਹੋਣਾ ਕਰਮ ਕਾਂਡਾ। ਮਨੁੱਖਾ ਜਾਮਾ ਕਰਮ ਕਾਂਡਾ ਵਿੱਚ ਗੁਜ਼ਾਰਨ ਦਾ ਸਮਾਂ ਨਹੀਂ ਹੈ। ਇਵੇਂ ਰੱਬੀ ਮਿਲਾਪ ਨਹੀਂ ਹੋਣਾ। ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸੱਤ ਕਾ ਢੱਬ, ਸੱਤ ਮੀਨ ਆਚਰਨ, ਬੰਦੇ ਦਾ ਕਰੈਕਟਰ। ਢੱਬ ਦਾ ਅਰਥ ਹੁੰਦਾ ਤਰੀਕਾ, ਇਹ ਤਰੀਕਾ ਨਹੀਂ ਹੈ ਕਿਰਦਾਰ ਬਣਾਉਣ ਦਾ। ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸੱਤ ਕਾ ਢੱਬ, ਫਨਸਤ ਜਗ ਭ੍ਰਿਸ਼ਟ ਹੋਏ ਡੂਬਦਾ ਇਹ ਜਗ। ਫਨਸਤ ਦਾ ਅਰਥ ਹੁੰਦਾ ਪਵਿੱਤਰ, ਇਹ ਪਵਿੱਤਰ ਤੋਂ ਪਵਿੱਤਰ ਅਸਥਾਨ ਵੀ ਇਹੋ ਜਿਹੇ ਪਖੰਡੀਆਂ ਕਰਕੇ ਬਰਬਾਦ ਹੋ ਗਏ ਨੇ, ਲੋਕਾਂ ਨੇ ਉਜਾੜ ਦਿੱਤਾ। ਸਨਸ਼ਟ ਜਗ ਭ੍ਰਿਸ਼ਟ ਹੋਏ ਡੂਬਦਾ ਇਵੇਂ ਜਗ, ਕੱਢ ਮੈਂ ਰਾਮ ਨਾਮ ਸਾਰ, ਪੱਖੀ ਤਾਂ ਮੀਜੈ ਨਾਕ ਪਕੜੈ, ਠੱਗਣ ਪੁਰ ਸੰਸਾਰ। ਮੈਂ ਗੱਲ ਹੋਰ ਨੇੜੇ ਕਰਦੇ ਹਾਂ। ਸਤਿਗੁਰੂ ਜੀ ਨੇ ਬਚਨ ਆਖਿਆ, ਆਟ ਛੇਤੀ ਨਾਕ ਪਕੜੈ, ਤਿੰਨ ਉਂਗਲਾਂ ਨਾਲ ਆਪਣਾ ਨੱਕ ਪਕੜਦੇ, ਠੱਗਣ ਪੁਰ ਸੰਸਾਰ ਮਗਰ ਪਾਛੈ। ਇਹਨਾਂ ਨੂੰ ਤਾਂ ਆਪਣੇ ਪਿੱਛੇ ਪਿਆ ਬਾਟਾ ਨਹੀਂ ਦਿਸਦਾ, ਇਹਨਾਂ ਨੂੰ ਤਾਂ ਆਪਣੇ ਪਿੱਛੇ ਪਿਆ ਬਾਟਾ ਨਹੀਂ ਦਿਸਦਾ, ਇਹਨੂੰ ਤਾਂ ਜਗਨਨਾਥਪੁਰੀ ਦਾ ਵੀ ਨਹੀਂ ਪਤਾ, ਇਹਨੂੰ ਤਾਂ ਜਗਨਨਾਥਪੁਰੀ ਦਾ ਵੀ ਨਹੀਂ ਪਤਾ, ਇਹ ਬ੍ਰਹਮਪੁਰੀ ਦੀਆਂ ਗੱਲਾਂ ਕਰਦਾ। ਗੁਰੂ ਸ਼ਬਦ ਦੀ ਏਡੀ ਵੱਡੀ ਕਮਾਈ ਸੀ। ਮੈਂ ਥੋੜ੍ਹੇ ਜਿਹੇ ਮਿੰਟ ਹੋਰ ਲੈ ਕੇ ਸਮਾਪਤੀ ਕਰਦੇ ਨਹੀਂ। ਸਿੱਧਾਂ ਨੇ ਬੜੀ ਚਰਚਾ ਕੀਤੀ ਗੁਰੂ ਨਾਨਕ ਸਾਹਿਬ ਨੇ, ਤੇ ਸਿੱਧ ਹਰ ਵਾਰੀ ਗੁਰੂ ਨਾਨਕ ਸਾਹਿਬ ਨੇ ਦੰਮੀ ਚਰਚਾ ਕਰਦੇ ਰਹੇ। ਤੁਹਾਨੂੰ ਵਕਤ ਮਿਲਿਆ, ਸਿੱਧ ਗੋਸ਼ਟ ਨਾਮ ਦੀ ਬਾਣੀ ਰਾਮਕਲੀ ਰਾਗ ਵਿੱਚ ਅੰਕਿਤ ਹੈ। ਬੜੇ ਉਪਰਾਲੇ ਕੀਤੇ ਉਹਨਾਂ ਨੇ। ਆਖਰਕਾਰ ਜਦੋਂ ਸਾਰੀਆਂ ਗੱਲਾਂ ਤੋਂ ਥੱਕ ਹਾਰ ਗਏ ਤੇ ਗੁਰੂ ਨਾਨਕ ਸਾਹਿਬ ਨਾਲ ਬੈਠ ਕੇ ਗੱਲ ਕਰਦੇ। ਸਿੱਧ ਬੋਲਣ ਸੁਣ ਨਾਨਕਾ, ਤੁਸੀਂ ਜੱਗ ਨੂੰ ਕਿਆ ਕਰਾਂ ਮਾਂ ਤੇ ਦਿਖਾਈ। ਅਸੀਂ ਕੱਪੜੇ ਨਹੀਂ ਪਾਉਂਦੇ, ਸੁਆਹ ਮਣੀ ਬੈਠੇ ਹਾਂ, ਐਡੀਆਂ ਜਟਾਵਾਂ ਸਾਡੀਆਂ, ਕਿੱਡੀਆਂ ਕਿੱਡੀਆਂ ਲੰਮੀਆਂ ਦਾੜੀਆਂ, ਅਸੀਂ ਪਰਿਵਾਰ ਨੂੰ ਛੱਡ ਬੈਠੇ, ਰੋਟੀ ਨਹੀਂ ਖਾਂਦੇ, ਸੌਂਦੇ ਨਹੀਂ ਹੈ, ਹਰ ਕਰਮ ਕਾਂਡ ਅਸੀਂ ਕਮਾਉਂਦੇ ਹਾਂ, ਪਰ ਲੋਕ ਉਹਨੇ ਸਾਡੇ ਮਗਰ ਨਹੀਂ ਜਿੰਨੇ ਤੇਰੇ ਮਗਰ। ਤੂੰ ਕੀ ਦਿਖਾਇਆ ਦੁਨੀਆਂ ਨੂੰ? ਸਿੱਧ ਬੋਲਣ ਸੁਣ ਨਾਨਕਾ, ਤੁਸੀਂ ਜੱਗ ਨੂੰ ਕਿਆ ਕਰਾਂ ਮਾਂ ਤੇ ਦਿਖਾਈ। ਕਿਸ ਦਿਖਾਲੇ ਅਸਾਂ ਨੂੰ, ਤੁਸੀਂ ਕਿਉਂ ਢਿੱਡ ਅਵੇਹੀ ਲਾਈ। ਬਾਬਾ ਬੋਲੇ ਨਾਥ ਜੀ, ਅਸਾਂ ਤੇ ਵੇਖਣ ਜੋਗੀ ਵਸਤਨਾ ਪਾਈ। ਕਹਿੰਦੇ ਸਤਿਗੁਰੂ ਕਹਿਣ ਲੱਗੇ ਭਈ ਯੋਗੀ ਜੀ, ਤੁਹਾਡੇ ਦਿਖਾਉਣ ਜੋਗੀ ਤਾਂ ਸਾਡੇ ਕੋਲ ਕੋਈ ਵੀ ਚੀਜ਼ ਨਹੀਂ। ਗੁਰ ਸੰਗਤ ਬਾਣੀ ਬਿਨਾ, ਪਤਾ ਨਹੀਂ ਸਿੱਖ ਕਿਉਂ ਭੁੱਲ ਗਏ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਮੈਨੂੰ ਇੱਕ ਕਿਣਕਾ ਮਾਤਰ ਵੀ ਕਿਸੇ ਚੀਜ਼ ਦਾ ਸਹਾਰਾ ਨਹੀਂ ਹੈ, ਇੱਕ ਗੁਰੂ ਦੀ ਸੰਗਤ ਦਾ ਤੇ ਦੂਜਾ ਬਾਣੀ ਦਾ ਹੀ ਸਹਾਰਾ। ਮੈਂ ਤੇ ਜਿੱਥੇ ਗਿਆ ਕੇਵਲ ਬਾਣੀ ਦੇ ਸਹਾਰੇ ਗਿਆ। ਪਰ ਯਕੀਨ ਕਰਕੇ ਜਾਣੇ ਸਿੱਖੋ, ਜੋਗੀ ਕਰਾਮਾਤ ਕਰ ਕਰਕੇ ਥੱਕ ਗਏ, ਪਰ ਮੇਰੇ ਸਤਿਗੁਰੂ ਨੇ ਸ਼ਬਦ ਜਿੱਤੀ ਸਿੱਧ ਮੰਡਲੀ। ਸ਼ਬਦ ਦੇ ਨਾਲ ਸਿੱਧਾਂ ਦੀ ਮੰਡਲੀ ਜਿੱਤ ਲਈ, ਮੰਡਲੀ ਮਤਲਬ ਟੋਲਾ। ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਰਸ਼ ਆਪਣਾ ਪੰਥ ਨਿਰਾਲਾ। ਜਿਹੜਾ ਗੁਰੂ ਦਾ ਸ਼ਬਦ, ਸਿੱਧ ਇੰਨੀ ਗਿਣਤੀ ਵਿੱਚ ਬੈਠੇ ਨੇ ਫਿਰ ਵੀ ਸ਼ਬਦ ਜਿੱਤ ਜਾਂਦਾ ਹੈ, ਉਹ ਗੁਰੂ ਕੇ ਸਿੱਖਾਂ ਤੇ ਕਿਉਂ ਨਹੀਂ ਭਰੋਸਾ ਗੁਰੂ ਸ਼ਬਦ ਤੇ? ਅਖੀਰ ਵਿੱਚ ਸਿੱਧ ਇੱਕ ਗੱਲ ਕਹਿੰਦੇ, ਸਿੱਧ ਬੋਲਣ ਸ਼ੁਭ ਵਚਨ। ਕਹਿਣ ਲੱਗੇ, ਬਾਬਾ ਸਾਡੀਆਂ ਦਾੜੀਆਂ ਵੱਡੀਆਂ ਨੇ, ਸਾਡੀ ਉਮਰ ਵੱਡੀ ਹੈ,
ਸਾਡੀਆਂ ਚਟਾਵਾਂ ਵੱਡੀਆਂ ਨੇ, ਸਾਡੇ ਧੋਣੇ ਵੱਡੇ ਨੇ, ਸਾਡੀਆਂ ਉਮਰਾਂ ਵੱਡੀਆਂ, ਪਰ ਤੇਰੀ ਕਮਾਈ ਬਹੁਤ ਵੱਡੀ ਔਰ ਤੂੰ ਥੋੜ੍ਹੀ ਜਿਹੀ ਉਮਰ ਵਿੱਚ ਵੀ ਏਡੀ ਦੂਰ ਤੱਕ ਪਹੁੰਚ ਗਿਆ। ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ, ਤੇਰੀ ਵੱਡੀ ਕਮਾਈ, ਤੇਰੀ ਵੱਡੀ ਕਮਾਈ ਹੈ, ਤੇਰੇ ਕੋਲ ਗੁਰੂ ਕਾ ਸ਼ਬਦ ਹੈ। ਗੁਰੂ ਨਾਨਕ ਸਾਹਿਬ ਜੀ ਮੱਕੇ ਦੀ ਧਰਤੀ ਤੇ ਗਏ। ਮੱਕੇ ਦੀ ਧਰਤੀ ਤੇ ਜਾ ਕੇ ਸਤਿਗੁਰੂ ਜੀ ਨੇ ਉੱਥੇ ਬਾਬਾ ਫਿਰ ਮੱਕੇ ਗਿਆ, ਨੀਲ ਵਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਚ ਕੁੱਜਾ ਵਾਂਗ ਮਸੱਦਾ ਧਾਰੀ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਬ ਸੁੱਤਾ ਬਾਬਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਦੱਤ ਦੀ ਕਿਹੜਾ ਸੁੱਤਾ ਪੁੱਤਰ ਪਪਾਰੀ, ਟੰਗੋ ਪਕੜ ਕਸੀਟਿਆ ਫਿਰਿਆ ਮਗਲਾ ਕਲਾ ਦਿਖਾਰੀ, ਹੋਏ ਹੈਰਾਨ ਕਰੇਨ ਜੁਹਾਰੀ, ਉਹ ਸਾਰੇ ਹਾਜੀ ਕਾਜੀ ਇਕੱਠੇ ਹੋ ਗਿਆ। ਤੁਹਾਨੂੰ ਕਿਤੇ ਵਕਤ ਮਿਲਿਆ ਹਾਜੀ ਤੇ ਕਾਜੀ ਸ਼ਬਦ ਵਿਚਾਰਿਓ, ਇਹ ਦੋਵੇਂ ਬੜੇ ਉੱਚੇ ਸ਼ਬਦ ਨੇ, ਬਹੁਤ ਉੱਚੇ ਸ਼ਬਦ ਨੇ। ਕਾਜੀ ਦੇ ਮੁੱਖ ਤੋਂ ਨਿਕਲਿਆ ਬਚਨ ਰਾਜਾ ਬਿੰਦੂ ਸਿੰਘ ਹੋਰ ਦਾ, ਉਹਨਾਂ ਹਾਜੀ ਕਾਜੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਇਕੱਠੇ ਹੋ ਕੇ ਪੁੱਛਿਆ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾ ਇਕੱਠੇ ਕੋਈ, ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਡੁੱਲ। ਗੁਰੂ ਨਾਨਕ ਸਾਹਿਬ ਨੇ ਇਹੋ ਜਿਹਾ ਸਾਡੇ ਨੂੰ ਸੀ ਬੋਲਿਆ ਵੀ ਬਨਾਰਸ ਵਾਲਾ ਮੱਕੇ ਜਾ ਕੇ ਬੋਲਦਾ ਹੋਵੇ ਤੇ ਮੱਕੇ ਵਾਲਾ ਬਨਾਰਸ ਵਿੱਚ ਬੋਲਦਾ ਹੋਵੇ, ਕਿਉਂਕਿ ਜੇ ਦੂਰ ਦੂਰ ਬੋਲਣਾ ਤੇ ਸੌਖਾ ਹੈ ਨਾ। ਗੁਰੂ ਨਾਨਕ ਸਾਹਿਬ ਦੇ ਕੋਲ ਏਡੀ ਵੱਡੀ ਸ਼ਬਦ ਦੀ ਤਾਕਤ ਸੀ, ਉਹਨੇ ਬਾਬਰ ਦੇ ਮੂੰਹ ਤੇ ਵੀ ਸੱਚ ਬੋਲਿਆ, ਉਹਨੇ ਮੱਕੇ 'ਚ ਬੈਠ ਕੇ ਵੀ ਸੱਚ ਬੋਲਿਆ, ਉਹਨੇ ਬਨਾਰਸ ਵਿੱਚ ਬੈਠ ਕੇ ਵੀ ਸੱਚ ਬੋਲਿਆ, ਉਹਨੇ ਜੋਗੀਆਂ ਦੇ ਮੂੰਹ ਤੇ ਬੈਠ ਕੇ ਵੀ ਸੱਚ ਬੋਲਿਆ, ਉਹਨੇ ਜਗਨਨਾਥਪੁਰੀ 'ਚ ਬੈਠ ਕੇ ਵੀ ਸੱਚ ਬੋਲਿਆ, ਫਿਰ ਵੀ ਗੁਰੂ ਨਾਨਕ ਦੇ ਸ਼ਬਦ ਦੀ ਕਮਾਈ ਨੂੰ ਕੋਈ ਟੁੱਟ ਲਾ ਨਾ ਸਕਿਆ। ਗੁਰੂ ਨਾਨਕ ਸਾਹਿਬ ਨੇ ਸਮੁੱਚੇ ਜੀਵਨ ਵਿੱਚ 19 ਰਾਤ, ਇਹਨਾਂ ਦਿਨਾਂ 'ਚ ਕੁਛ ਮੈਂ ਤੁਹਾਨੂੰ ਖੇਚਲ ਦਿੰਦਾ ਆਵਾਂਗੇ ਇਸ ਤਰ੍ਹਾਂ, 19 ਰਾਗ ਗੁਰੂ ਗ੍ਰੰਥ ਸਾਹਿਬ 'ਚ 31 ਰਾਗ ਨੇ, 19 ਰਾਗ, 19 ਰਾਗਾਂ ਵਿੱਚੋਂ 947 ਸ਼ਬਦ ਗੁਰੂ ਨਾਨਕ ਸਾਹਿਬ ਦੇ ਉਚਾਰੇ ਹੋਏ ਤੇ ਉਹਨਾਂ ਨੇ ਇੱਕ ਗੱਲ ਕਹਿ ਕੇ ਸਮਾਪਤੀ ਕਰ ਦਿੱਤੀ। ਆਪਾਂ ਪ੍ਰਦੇਸ਼ ਜਾਈਏ ਤੇ ਆਪਣੇ ਪਿਆਰੇ ਪਿਆਰੇ ਰਿਸ਼ਤਿਆਂ ਵਾਸਤੇ ਕੁਛ ਨਾ ਕੁਛ ਲੈ ਕੇ ਜਾਂਦੇ। ਗੁਰੂ ਨਾਨਕ ਸਾਹਿਬ ਜੀ ਲੰਮੀਆਂ ਉਦਾਸੀਆਂ ਕਰਕੇ ਆਏ, 4 ਉਦਾਸੀਆਂ ਕੀਤੀਆਂ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੀਏ, ਸਤਿਗੁਰੂ ਤੁਸੀਂ ਆਪਣੀ ਸੱਸ ਚੰਦੋ ਰਾਣੀ ਵਾਸਤੇ, ਤੁਸੀਂ ਆਪਣੇ ਸਹੁਰੇ ਮੂਲ ਚੰਦ ਵਾਸਤੇ, ਆਪਣੇ ਦਾਦੇ ਬਨਾਰਸੀ ਦਾਸ ਵਾਸਤੇ, ਦਾਦੀ ਬਨਾਰਸੀ ਵਾਸਤੇ, ਆਪਣੇ ਦਾਦੇ ਸ਼ਿਵ ਰਾਮ ਵਾਸਤੇ, ਆਪਣੇ ਪਿਤਾ ਮਹਿਤਾ ਕਾਲੂ ਵਾਸਤੇ, ਆਪਣੇ ਚਾਚੇ ਭਾਈ ਲਾਲੂ ਵਾਸਤੇ, ਆਪਣੀ ਮਾਤਾ ਮਾਤਾ ਤ੍ਰਿਪਤਾ ਵਾਸਤੇ, ਆਪਣੀ ਭੈਣ ਬੇਬੇ ਨਾਨਕੀ ਵਾਸਤੇ, ਆਪਣੇ ਚੀਜੇ ਭਾਈ ਜੈਰਾਮ ਜੀ ਵਾਸਤੇ, ਰਾਏ ਗੁਲਾਰ ਦੇ ਵਾਸਤੇ, ਭਾਈ ਮਰਦਾਨੇ ਦੇ ਪਰਿਵਾਰ ਵਾਸਤੇ, ਕਿਸੇ ਵੀ ਕੁਛ ਲੈ ਕੇ ਆਏ ਉਹ ਸ਼ਾਇਦ ਕਹਿੰਦੇ ਮੈਂ ਕਿਸੇ ਵੀ ਨਹੀਂ ਲੈ ਕੇ ਆਏ, ਨਾ ਆਪਣੇ ਪੁੱਤਰਾਂ ਲਈ ਲੈ ਕੇ ਆਏ, ਤੈਨੂੰ ਕੋਈ ਵੀ ਚੀਜ਼ ਪਸੰਦ ਨਾ ਆਈ। ਸ਼ਾਇਦ ਕਹਿੰਦੇ ਪਸੰਦ ਵੀ ਆਈ ਸੀ, ਫਿਰ ਤੁਸੀਂ ਕੀ ਲੈ ਕੇ ਆਏ ਹੋ? ਹਜ਼ੂਰ ਕਹਿਣ ਲੱਗੇ ਮੈਂ ਆਮ ਲੋਕਾਂ ਵਾਂਗੂ ਕਿਸੇ ਮਸ਼ਹੂਰ ਸ਼ਹਿਰ ਦੀਆਂ ਮਸ਼ਹੂਰ ਚੀਜ਼ਾਂ ਨਹੀਂ ਖਰੀਦ ਕੇ ਲੈ ਕੇ ਆਇਆ। ਉਹ ਗੁਰੂ ਕਿਆ ਸਿੱਖਾ, ਮੈਂ ਤਾਂ ਆਪਣੇ ਕੋਲ ਪੋਥੀ ਰੱਖਦਾ ਸਾਂ, ਜਿੱਥੇ ਜਿੱਥੇ ਵੀ ਕੋਈ ਸੱਚ ਬੋਲਦਾ ਸੀ ਮੈਂ ਸ਼ਬਦ ਲੈ ਕੇ ਆਇਆ। ਜੇਕਰ ਤੂੰ ਸ਼ਬਦ ਨਾਲ ਜੁੜ ਗਿਆ, ਇਹ ਦੁਨਿਆਵੀ ਲਾਤਾਂ ਤਾਂ ਖਤਮ ਹੋ ਜਾਣਗੀਆਂ, ਸ਼ਬਦ ਤੈਨੂੰ ਰੱਬ ਤੱਕ ਲੈ ਕੇ ਜਾਏਗਾ, ਸ਼ਬਦ ਤੈਨੂੰ ਕਦੇ ਛੱਡ ਕੇ ਨਹੀਂ ਜਾਏਗਾ। ਮੈਂ ਤੇਰੇ ਵਾਸਤੇ ਸ਼ਬਦ ਲੈ ਕੇ ਆਇਆ ਸੀ, ਮੈਂ ਆਪਣੇ ਪੁੱਤਾਂ ਵਾਸਤੇ ਵੀ ਕੁਝ ਨਾ ਲਿਆਂਦਾ, ਮੈਂ ਤੇਰੇ ਵਾਸਤੇ ਸ਼ਬਦ ਲਿਆਂਦਾ। ਆਓ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਜਵਾਬ ਦਿੱਤਾ ਸੀ, ਕਵਨ ਆਰੰਭ ਕਵਨ ਮੂਲ ਕਵਨ ਮਤ ਵੇਦਾ, ਤੇਰਾ ਕੌਣ ਗੁਰੂ ਜਿਸ ਕਰ ਤੂੰ ਕਹਿੰਦਾ, ਪਵਨ ਆਰੰਭ ਸਤਿਗੁਰ ਮਤ ਵੇਦਾ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਗੁਰੂ ਨਾਨਕ ਸਾਹਿਬ ਨੇ ਸ਼ਬਦ ਨੂੰ ਗੁਰੂ ਬਣਾ ਕੇ ਦੁਨੀਆਂ ਸਾਹਮਣੇ ਪ੍ਰਗਟ ਕੀਤਾ। ਕੱਲ੍ਹ ਰੋਜ਼ ਆਪਾਂ ਵਿਚਾਰ ਕਰਾਂਗੇ ਗੁਰੂ ਅੰਗਦ ਸਾਹਿਬ ਅੱਗੇ ਸ਼ਬਦ, ਤਾਂ ਕਿ ਹੌਲੀ ਹੌਲੀ ਆਪਾਂ
गुरु ग्रंथ साहिब की संपादना तक इस इतिहास को पूरा कर सकीए। कुल्ला की महिमा प्यार नाल आपको जी। वाहिगुरु जी का खालसा, वाहिगुरु जी की फतेह।